ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਜੀਏ ਅਪਡੇਟਸ ਤੇ ਬਹੁਤ ਬਹੁਤ ਸਵਾਗਤ ਹੈ ਸੋ ਇਸ ਵੇਲੇ ਦੀ ਪੰਜਾਬ ਚ ਸਕੂਲਾਂ ਕਾਲਜਾਂ ਨੂੰ ਲੈ ਕੇ ਵੱਡੀ ਅਪਡੇਟ ਨਿਕਲ ਕੇ ਆ ਚੁੱਕੀ ਹੈ ਕਿ ਹੁਣ 25 ਜਨਵਰੀ ਤੋਂ ਬਾਅਦ ਸਕੂਲਾਂ ਕਾਲਜਾਂ ਨੂੰ ਖੋਲਿਆ ਜਾਵੇਗਾ ਜਾਂ ਫਿਰ ਨਹੀਂ ਕੀ ਇਹ ਪੂਰੀ ਅਪਡੇਟ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਪਤਾ ਚੱਲੇਗੀ ਸੋ ਤੁਸੀਂ ਇਸ ਵੀਡੀਓ ਨੂੰ ਹੰਟ ਤੱਕ ਜ਼ਰੂਰ ਦੇਖਣਾ ਤੇ ਨਾਲ ਹੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲੇ ਟੈਕਨ ਡਿੰਗ ਬਟਨ ਨੂੰ ਜ਼ਰੂਰ ਦਬਾ ਲਵੋ ਇਸੇ ਤਰ੍ਹਾਂ ਹੋਰ ਵੀਡੀਓ ਸਭ ਤੋਂ ਪਹਿਲਾਂ ਤੇ ਸਭ ਤੋਂ ਸੌਮੇ ਸਿਰ ਦੇਖਣ ਦੇ ਲਈ ਸੋ ਜਿਆਦਾ ਸਮਾਂ ਬੇਸ ਨਾ ਕਰਦੇ ਹੋਏ ਚਲੋ ਆਪਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪੰਜਾਬ ਸਕੂਲ ক্লোਜ਼ਡ ਸਕੂਲਾਂ ਨੂੰ ਖੋਲਣ ਦਾ ਫੈਸਲਾ ਇਸ ਦਿਨ ਸੋ ਦੇਖ ਸਕਦੇ ਹੋ ਬਿਲਕੁਲ ਲੇਟੈਸਟ ਨਿਊਜ਼ ਹੈ 24 ਜਨਵਰੀ 2022 ਦੀ ਸੋ ਪੂਰੀ ਆਪਣੀ ਨਿਊਜ਼ ਕੀ ਹੈ ਰੀਡ ਕਰ ਲੈਣੇ ਹਾਂ ਪੰਜਾਬ ਸਰਕਾਰ ਵੱਲੋਂ 15 ਜਨਵਰੀ ਨੂੰ ਜਾਰੀ ਨਵੇਂ ਹੁਕਮਾਂ ਵਿੱਚ ਸਮੂਹ ਵਿਦਿਅਕ ادارے ਨੂੰ 25 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ ਸਕੂਲਾਂ ਨੂੰ ਵਿਦਿਆਰਥੀਆਂ ਲਈ ਮੁੜ ਤੋਂ ਖੋਲਣ ਦਾ ਫੈਸਲਾ ਪੰਜਾਬ ਸਰਕਾਰ ਵੱਲੋਂ ਅੱਜ ਜਾਂ ਕੱਲ 25 ਜਨਵਰੀ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਣੀਆਂ ਹਨ ਤੇ ਨਾਲ ਹੀ 25 ਜਨਵਰੀ ਨੂੰ ਵਿਦਿਆਰਥੀਆਂ ਲਈ ਸਕੂਲਾਂ ਨੂੰ ਮੁੜ ਖੋਲਣ ਦਾ ਫੈਸਲਾ ਕੀਤਾ ਜਾਵੇਗਾ ਪਰੰਤੂ ਜਿਸ ਹਿਸਾਬ ਨਾਲ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਸਕੂਲਾਂ ਨੂੰ ਮੁੜ ਖੋਲਣ ਲਈ ਸਰਕਾਰ ਜੋਖਮ ਨਹੀਂ ਲੈ ਸਕਦੀ ਇਨ੍ਹਾਂ ਵਿਦਿਆਰਥੀਆਂ ਲਈ ਖੁੱਲਣਗੇ ਸਕੂਲ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਕਰੋਨਾ ਵੈਕਸੀਨ ਵੀ ਲਗਾਈ ਜਾ ਰਹੀ ਹੈ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਉਹਨਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਨੂੰ ਕਰੋਨਾ ਵੈਕਸੀਨ ਲਗਾਈ ਗਈ ਹੈ ਉਹਨਾਂ ਲਈ ਸਕੂਲ ਖੋਲਣ ਸੋ ਜਿਹੜੇ ਵਿਦਿਆਰਥੀਆਂ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ ਜਿਨ੍ਹਾਂ ਵਿਦਿਆਰਥੀ ਨੂੰ ਕਰੋਨਾ ਵੈਕਸੀਨ ਜੋ ਹੈ ਲੱਗ ਚੁੱਕੀ ਹੈ ਸੋ ਉਹਨਾਂ ਵਿਦਿਆਰਥੀਆਂ ਲਈ ਸਕੂਲਾਂ ਨੂੰ ਖੋਲਣ ਦਾ ਐਲਾਨ ਕੀਤਾ ਜਾ ਰਿਹਾ ਹੈ ਲੇਕਿਨ ਜੋ ਗਾਈਡਲਾਈਨਸ ਹਨ ਜੋ ਕਨਫਰਮ ਅਪਡੇਟ ਹੈ ਸਕੂਲਾਂ ਨੂੰ ਖੋਲਿਆ ਜਾਵੇਗਾ ਜਾਂ ਫਿਰ ਨਹੀਂ ਓਪਨ ਹੋ ਕੱਲ ਦੇਖ ਨੂੰ ਮਿਲੇਗੀ ਕੱਲ ਰਿਵਿਊ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਅ ਨੈਕਸਟ ਜੋ ਗਾਈਡਲਾਈਨਸ ਹੋਣਗੀਆਂ ਉਹ ਜਾਰੀ ਕੀਤੇ ਜਾਣਗੇ ਤੇ ਉਸ ਦੇ ਵਿੱਚ ਹੀ ਆਪਾਂ ਨੂੰ ਸਕੂਲਾਂ ਬਾਰੇ ਵੀ ਅਪਡੇਟ ਪਤਾ ਚੱਲੇਗੀ ਤੇ ਨਾਲ ਹੀ ਅਧਿਆਪਕ ਯੂਨੀਅਨ ਦੀ ਮੰਗ ਸਕੂਲ ਖੋਲੇ ਜਾਣ ਸੋ ਟੀਚਰਸ ਯੂਨੀਅਨ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਸਕੂਲਾਂ ਨੂੰ ਖੋਲਿਆ ਜਾਵੇ ਅਧਿਆਪਕ ਯੂਨੀਅਨ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਵਿਦਿਆਰਥੀਆਂ ਲਈ ਸਕੂਲਾਂ ਨੂੰ ਜਲਦੀ ਤੋਂ ਜਲਦੀ ਖੋਲਿਆ ਜਾਵੇ ਤਾਂ ਜੋ ਪੜ੍ਹਾਈ ਤੇ ਕੋਈ ਅਸਰ ਨਾ ਪਵੇ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਕੀ ਫੈਸਲਾ ਲੈਂਦੀ ਹੈ ਸਕੂਲਾਂ ਨੂੰ ਖੋਲ੍ਹਿਆ ਜਾਂ ਪੰਜਾਬ ਸਰਕਾਰ ਦੇ ਵੱਲੋਂ ਅੱਗੇ 25 ਜਨਵਰੀ ਤੋਂ ਬਾਅਦ ਜਾਂ ਫਿਰ ਨਹੀਂ ਸੋ ਆਪਾਂ ਨੂੰ ਕੱਲ ਕਿਸੇ ਵੇਲੇ ਵੀ ਇਸ ਦੇ ਬਾਰੇ ਅਪਡੇਟ ਜੋ ਹੈ ਕਨਫਰਮ ਮਿਲ ਜਾਵੇਗੀ ਸਕੂਲਾਂ ਨੂੰ ਖੋਲ੍ਹਿਆ ਜਾਵੇਗਾ ਜਾਂ ਫਿਰ ਨਹੀਂ ਸੋ ਜਦੋਂ ਇਹ ਅਪਡੇਟ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਜੀਏਸ ਅਪਡੇਟਸ ਸੇ ਇਹਨੂੰ ਮਿਲ ਜਾਵੇਗੀ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਦੇ ਟਿੰਗ ਬਟਨ ਨੂੰ ਜ਼ਰੂਰ ਦਬਾ ਲੈਣਾ ਮਿਲਦੇ ਹਾਂ ਨੈਕਸਟ ਵੀਡੀਓ ਤੱਕ ਲਈ ਬਾਏ ਬਾਏ ਟਾਟਾ ਧੰਨਵਾਦ

फिजिक्स कमिस्ट्री मैथ्स बायोलॉजी साइंस आपके सभी सवालों के जवाब मिलेंगे आपको डाउनलोड ऐप पे एंड साथ में डाउनलोड पे चल रही है क्लास नाइन से लेकर ट्वेल्व के लिए आई आई टी जेई ए नीट के लिए ऑनलाइन क्लास जिसका हिस्सा बनकर काफी बच्चे लेके आए स्टेट में रैंक वन तो फिर देर किस बात की, की। जल्दी से जाइए और डाउनलोड कीजिए डाउनलोड ऐप